ਇੱਕ ਭਾਈ ਦੋਸਤ ਕਿਸੇ ਬੁੜੀ ਦੇ ਘਰ ਰਾਤ ਕੱਟਣ, ਉਹ ਕਹਿੰਦੇ ਮਾਤਾ ਰਾਤ ਕੱਟਣੀ ਹੈ। ਉਹ ਕਹਿੰਦੇ ਭਾਈ ਰਾਤ ਤਾਂ ਕੱਟ ਲਓ, ਮੇਰਾ ਮੁੰਡਾ ਹੁਸ਼ਿਆਰ ਹੈ, ਤੁਹਾਡੇ ਨਾਲ ਕੋਈ ਠੱਗੀ ਧੋਖਾ ਨਾ ਕਰੇ। ਕਹਿੰਦਾ ਸਾਡੇ ਕੋਲ ਕੀ ਆ ਖਾਣ ਠੱਗੀ ਧੋਖੇ ਨੂੰ, ਹੱਥੋਂ ਕਿਉਂਕਿ ਲੁੱਟੂ ਕੁਛ। ਕਹਿੰਦੀ ਭਾਈ ਮੈਂ ਜ਼ਿੰਮੇਵਾਰੀ ਨਹੀਂ ਦਿੰਦੀ ਮੁੰਡੇ ਦੀ ਆਪਦੇ ਦੀ, ਵੀ ਹੁਣ ਰਾਤ ਕੱਟ ਲਓ ਕੋਈ ਗੱਲ ਨਹੀਂ। ਉਹਨਾਂ ਨੇ ਭਾਈ ਰਾਤ ਕੱਟੀ, ਤੜਕੇ ਅੰਬਰ ਤੇ ਵੇਲਾ ਹੋਇਆ, ਮੁੰਡੇ ਨੇ ਚੱਕੀ ਖੱਦੋ ਖੱਦੋ ਖੇਡਦਾ ਖੇਡਦੇ ਨੇ ਗਾੜੀ ਕੜਾਹੀ ਕੋਲੇ ਮਾਰੀ। ਅਤੇ ਉੱਧਰੋਂ ਭਾਈ ਬਾਬੇ ਅਰਦਾਸ ਕਰਦੇ ਨੇ, ਕਰੀ ਅੰਦਰ ਕਰਨ ਲੱਗਦੇ ਨੇ, ਉੱਧਰੋਂ ਮੁੰਡਾ ਚੱਲ ਪਿਆ ਅੰਦਰ ਨੂੰ। ਉਹ ਕਹਿੰਦਾ ਵੀ ਅਰਦਾਸ ਤਾਂ ਫਿਰ ਕਰਾਂਗੇ, ਪਹਿਲਾਂ ਬੱਚਾ ਹੁਸ਼ਿਆਰ ਹੈ, ਇਹਨੂੰ ਪੁੱਛੀਏ ਵੀ ਕਿੱਧਰ ਜਾਂਦਾ। ਉਹ ਕਹਿੰਦਾ ਵੀ ਕਿੱਧਰ ਜਾਣਾ? ਕਹਿੰਦਾ ਜੀ ਮੇਰੀ ਗੇਮ ਵੱਗ ਗਈ ਅੰਦਰ ਖੱਦੋ, ਮੈਂ ਤਾਂ ਖੱਦੋ ਚੱਕਣ ਜਾਂਦਾ। ਕਹਿੰਦਾ ਵੀ ਫਿਰ ਤੂੰ ਹੁਸ਼ਿਆਰ ਵਾਲਾ ਸੁਣੀ ਨੇ? ਕਹਿੰਦਾ ਹੁਸ਼ਿਆਰ ਨੂੰ ਮੈਂ ਕਿਹਾ, ਮੈਂ ਤਾਂ ਖੱਦੋ ਚੱਕ ਕੇ ਲੈਣੀ ਹੈ। ਕਹਿੰਦਾ ਵੀ ਸਾਨੂੰ ਕੀ ਪਤਾ ਹੋਊ ਵੀ ਖੱਦੋ 'ਤੇ ਚੱਕਣ ਜਾਂਦਾ ਕੀ ਕਰਨ ਜਾਂਦਾ? ਕਹਿੰਦਾ ਮੈਂ ਖੱਦੋ ਪੈਰ ਨਾਲ ਰੋੜ ਲਿਆਉਂ, ਮੇਰੇ ਦੋ ਹੀ ਹੱਥ ਨੇ, ਮੈਂ ਤਾੜੀ ਮਾਰਨ ਲੱਗੇ ਨੇ। ਜਦੋਂ ਮੇਰੀ ਖੱਦੋ 'ਤੇ ਆ ਗਈ ਮੈਂ ਬਾਹਰੇ ਆ ਜੂੰ, ਮੈਂ ਕੀ ਕਰਨਾ? ਉਹਨਾਂ ਚਿਰ ਮੈਂ ਤਾੜੀ ਮਾਰੀ ਜੂੰ। ਉਹ ਕਹਿੰਦੇ ਵੀ ਚੰਗਾ। ਉਹ ਕਹਿੰਦੇ ਵੀ ਅਰਦਾਸ ਫੇਰ ਕਰਾਂਗੇ, ਪਹਿਲਾਂ ਉਹਨੂੰ ਖੱਦੋ ਭਾਲ ਲਿਆਉਣ ਦੇ। ਹੁਣ ਉਹ ਦੋਨੇ ਬਾਹਰੇ ਖੜ੍ਹੇ ਨੇ, ਅਤੇ ਅੰਦਰ ਖੱਦੋ ਭਾਲਣ ਗਿਆ, ਜਦੋਂ ਤਾੜੀ ਮਾਰਦਾ ਜਾਂਦਾ, ਜਦੋਂ ਕੜਾਹੀ ਕੋਲੇ ਵੱਗ ਗਿਆ, ਤਾੜੀ ਬੰਦ ਕਰਤੀ ਪੱਟ 'ਤੇ ਹੱਥ ਮਾਰਨ ਲੱਗ ਗਿਆ। ਜਦੋਂ ਐਂ ਮਾਰੀ ਗਿਆ ਸਾਨੂੰ ਐਂ ਲੱਗਾ ਵੀ ਤਾੜੀ ਮਾਰਦਾ, ਹੁਣ ਕੀ ਹੱਥ ਨਾਲ ਲਪੇੜਤੀ ਦੇਗਾ। ਅਤੇ ਲਪੇੜਤੀ ਕੜਾਹੀ ਢੱਕ ਕੇ ਆ ਗਿਆ ਖੱਦੋ ਲੈ ਕੇ। ਕਹਿੰਦਾ ਵੀ ਠੀਕ ਹੈ? ਕਹਿੰਦਾ ਵੀ ਹਾਂ ਠੀਕ ਹੈ। ਬਾਬਿਆਂ ਨੇ ਵੀ ਅਰਦਾਸ ਕਰੀ, ਜਦੋਂ ਅਰਦਾਸ ਕਰਕੇ ਕਹਿੰਦੇ ਵੀ ਲਓ ਭੋਗ। ਜਦੋਂ ਭੋਗ ਲਾਉਣ ਲੱਗੇ ਉਹ ਤਾਂ ਭਾਈ ਇਕੱਲੀ ਕੜਾ ਖਾਲੀ ਕੜਾਹੀ ਪਈ ਉੱਥੇ, ਦੇਖਦਾ ਖਾ ਗਿਆ। ਉਹ ਕਹਿੰਦੇ ਬੜਾ ਹੁਸ਼ਿਆਰ ਹੈ ਜਵਾਕ, ਵੀ ਆਪਾਂ ਬੁੜੀ ਨੂੰ ਪੁੱਛਦੇ ਹਾਂ, ਇਹ ਜੇ ਆਪਣੇ ਨਾਂ ਰਲ ਗਿਆ ਤਾਂ ਆਪਾਂ ਨੂੰ ਕੰਮ ਦਾ ਬੰਦਾ, ਕੰਮ ਦੀ ਗੂਹੇ। ਉਹ ਬੁੜੀ ਨੂੰ ਕਹਿੰਦੇ ਵੀ ਮਾਤਾ ਜੀ ਅਸੀਂ ਇਹਨੂੰ ਮੁੰਡੇ ਨੂੰ ਨਾਂ ਰੱਖ ਲਈਏ, ਵੀ ਸਾਨੂੰ ਇਹ ਕੰਮ ਦਾ ਬੰਦਾ ਲੱਗਦਾ, ਵੀ ਸਾਡੇ ਵੀ ਸਾਨੂੰ ਇੰਨਾ ਬੁੱਧੂ ਬਣਾ ਗਿਆ ਇਹ, ਸਾਡੇ ਹਜ਼ਾਰਾਂ ਅਰਦਾਸ ਕਰਦੇ ਕਰਦੇ ਕੜਾਹੀ ਵਿਹਲੀ ਕਰਕੇ ਦੇਖਦੀ, ਵੀ ਸਾਨੂੰ ਕਿਤੇ ਕੰਮ ਦੀ ਗੂਹੇ। ਉਹ ਕਹਿੰਦੀ ਭਾਈ ਲੈ ਤਾਂ ਜਾਓ, ਵੀ ਪਰ ਮੇਰੀ ਜ਼ਿੰਮੇਦਾਰੀ ਨਹੀਂ ਕੋਈ ਤੁਹਾਡਾ ਸੌਦਾ ਥੱਪਾ ਕਰਦੇ ਇਹ। ਕਹਿੰਦੇ ਨਾ ਨਾ ਅਸੀਂ ਤਾਂ ਇਹ ਲਿਜਾਣਾ ਵੀ ਕਿਤੇ ਕੰਮ ਦੇ ਦਿੰਦਾ ਬੰਦਾ। ਉਹ ਕਹਿੰਦੇ ਭਾਈ ਲੈ ਜਾਓ। ਲੈ ਗਿਆ ਭਾਈ, ਥੋੜ੍ਹੀ ਜਿਹੀ ਦੂਰ ਗਏ, ਉਹਨੂੰ ਜਸੇਦਾਰ ਕਹਿੰਦੇ, ਕਹਿੰਦਾ ਵੀ ਲੈ ਕਰ ਪੁੱਤਰ, ਤੂੰ ਆ ਹੁਸ਼ਿਆਰ, ਸਾਡਾ ਭੋਜਨ ਪਾਣੀ ਦਾ ਹੱਲ ਕਰ, ਸਾਨੂੰ ਤਾਂ ਭੁੱਖ ਲੱਗੀ ਹੋਈ ਹੈ। ਉਹ ਕਹਿੰਦਾ ਜੀ ਕਰ ਦਿੰਦਾ ਹੱਲ। ਅਤੇ ਉਹ ਕਹਿੰਦਾ ਐਂ ਕਰੋ, ਰਾਹ ਛੱਡੋ ਫਿਰ ਆਪਾਂ ਖੇਤਾਂ ਵਿੱਚ ਦੀ ਹੋਵੋ। ਜਦੋਂ ਖੇਤਾਂ 'ਚ ਵੜ ਗਏ ਭਾਈ, ਕਿਸੇ ਜ਼ਿਮੀਂਦਾਰ ਦੇ ਹਲ ਪਏ, ਦੋਨੇ ਫਾਲੇ ਕੱਢ ਲਏ, ਅੱਗੇ ਫਾਲੇ ਹੁੰਦੇ ਹਲਾਂ 'ਚ, ਕੱਢ ਕੇ ਫਾਲੇ ਦੋਨੇ। ਕਹਿੰਦਾ ਲੈ ਵੀ ਆਹ ਸਾਹਮੋ, ਜਦੋਂ ਕੋਈ ਬਾਜ਼ਾਰ ਆ ਗਿਆ ਉਦੋਂ ਨੂੰ ਵੇਚਾਂਗੇ। ਕਹਿੰਦਾ ਚੰਗਾ। ਤੁਰੇ ਗਏ, ਜਦੋਂ ਕੋਈ ਮੂਹਰੇ ਬਾਜ਼ਾਰ ਦੀ ਗਿਆ, ਕਹਿੰਦਾ ਲੈ ਵੀ ਮੈਂ ਫਾਲੇ ਵੇਚਣ ਜਾਂਦਾ, ਤੁਸੀਂ ਖੜ੍ਹ ਜਾਓ ਰੇ। ਮੈਂ ਫਾਲੇ ਵੇਚ ਕਿਉਂ? ਵੀ ਮੈਂ ਮੰਨ ਕੇ ਚੱਲ ਥੋੜ੍ਹੀ ਰਹਿਣਾ ਵੇਚੂੰ, ਤੁਸੀਂ ਇਹ ਕਹਿਣਾ ਜਦੋਂ ਮੈਂ ਆਖੂੰ ਵੀ ਵੇਚਣਾ ਦੋਨਾਂ ਨੂੰ, ਦੋਨੇ ਫਾਲੇ ਖੜ੍ਹੇ ਕਰਕੇ ਕਹੂੰ ਮੈਂ? ਕਹਿੰਦਾ ਤੁਸੀਂ ਕਹਿ ਦਿਓ ਵੀ ਹਾਂ ਵੇਚ ਦੇ। ਕਹਿੰਦਾ ਵੀ ਚੰਗਾ। ਜਾ ਕੇ ਬਾਣੀ ਇਹਨੂੰ ਬੋਲਦਾ, ਕਹਿੰਦਾ ਵੀ ਉਹ ਦੋ ਖੜ੍ਹੇ ਨੇ, ਉਹਨਾਂ ਨੂੰ ਤੁਹਾਡੇ ਨਾਲ ਨੌਕਰ ਰਖਾਉਣਾ ਮੈਂ, ਕਿੰਨੇ ਪੈਸੇ ਦੇਵੋਂਗੇ ਸਾਲ ਦੇ? ਉਹ ਕਹਿੰਦਾ ਵੀ ਆਹ ਮਿਹਨਤ ਚੱਲਦੀ, ਆਹ ਮਿਹਨਤ ਦੇ ਦਿਆਂਗੇ ਤੈਨੂੰ। ਕਹਿੰਦਾ ਵੀ ਠੀਕ ਹੈ। ਉਹ ਭਾਈ ਬਾਣੀਆਂ ਕਹਿੰਦਾ ਉਹਨਾਂ ਤੋਂ ਕਹਾ। ਕਹਿੰਦਾ ਕਹਿਣਗੇ, ਮੈਂ ਗੱਲ ਕਰਕੇ ਆਇਆ ਹੁਣ ਕਿ ਉਹਨਾਂ ਨੂੰ ਕਹਿ ਕੇ ਆਦੀ ਮੈਂ ਫਾਲੇ ਵੇਚਣ ਜਾਂਦਾ। ਕਹਿੰਦਾ ਵੀ ਦੋਨਾਂ ਨੂੰ ਰਖਾ ਦਿਆਂ ਫਾਲੇ ਖੜ੍ਹੇ ਕਰਕੇ? ਕਹਿੰਦਾ ਉਹ ਕਹਿੰਦੇ ਹਾਂਜੀ ਰਖਾ ਦੇ। ਉਹਨੇ ਕਹਿੰਦਾ ਰਖਾ ਦੇ ਭਾਈ, ਉਹਨੇ ਦੋਨੇ ਵੇਚਦੇ ਉਹ। ਕਹਿੰਦਾ ਤੁਸੀਂ ਐਂ ਕਰੋ, 10-20 ਮਿੰਟਾਂ ਨੂੰ ਮੈਂ ਤੋਰੂੰ ਉਹਨਾਂ ਨੂੰ,
ਵੀ ਤੁਸੀਂ ਆਉਂਦਿਆਂ ਨੂੰ ਕੰਮ 'ਤੇ ਨਹੀਂ ਲਾਉਣਾ, ਮੇਰੇ ਨਾਲ ਜ਼ਬਾਨ ਕਰੋ ਵੀ 10-20 ਮਿੰਟ ਠਹਿਰ ਕੇ ਚਾਹ ਪਾਣੀ ਪਿਆ ਕੇ ਫਿਰ ਕੰਮ ਦੱਸਣੇ ਨੇ। ਕਹਿੰਦਾ ਵੀ ਚੰਗਾ। ਕਹਿੰਦਾ ਲੈ ਵੀ ਬਣ ਗਿਆ ਚਾਹ ਪਾਣੀ ਦਾ ਕੰਮ, ਅਤੇ ਫਾਲੇ ਮੈਂ ਵੇਚ ਆਇਆ ਉਹਨਾਂ ਕੋਲ, ਜਾ ਕੇ ਨਾ ਲੰਗਰ ਛੱਕ ਲਓ, ਉਹਨਾਂ ਨੇ ਚਾਹ ਪਾਣੀ ਪੀ ਲਓ, ਮੈਂ ਆਉਣਾ। ਮੁੱਕੀ ਜਾ ਕੇ ਭਾਈ ਉਹਨਾਂ ਨੂੰ ਕਹਿ ਕੇ ਆਇਆ ਤੀ ਵੀ ਭੁੱਖੇ ਨੇ ਲੰਗਰ ਪਾਣੀ ਛਕਾ ਦਿਓ ਪਹਿਲਾਂ, ਵੀ ਸੇਠ ਨੇ ਰੋਟੀ ਟੁੱਕ ਮੰਗਾਇਆ, ਚਾਹ ਪਾਣੀ ਪਿਆ ਆ। ਉਦੋਂ ਅੱਧਾ ਘੰਟਾ ਲੰਘ ਗਿਆ, ਉਹ ਲੰਮਾ ਨਿਕਲ ਗਿਆ ਉਦੋਂ, ਉਦੋਂ ਲੰਘ ਗਿਆ ਭਾਈ। ਉਹ ਕਹਿੰਦਾ ਵੀ ਚੰਗਾ ਵੀ ਸਿੱਠਾ, ਸਾਡਾ ਸਾਥੀ ਤਾਂ ਆਇਆ ਨਹੀਂ ਸੀ, ਉਹਨੂੰ ਭਾਲ ਲਈਏ, ਇਹ ਤਾਂ ਚੱਲਦੇ ਆ। ਕਹਿੰਦਾ ਕਿਹੜਾ ਸਾਥੀ? ਕਹਿੰਦਾ ਬੋਰੀਆਂ ਚੱਕਣ ਲੱਗੋ ਭਾਈ। ਕਹਿੰਦਾ ਕਿਉਂ? ਕਹਿੰਦਾ ਤੁਹਾਨੂੰ ਵੇਚ ਕੇ ਗਿਆ, ਤੁਸੀਂ ਕਿਹਾ ਨਹੀਂ ਵਿਖਾਤਾ ਦੋਨਾਂ ਨੂੰ? ਕਹਿੰਦਾ ਯਾਰ ਮੈਂ ਬੜਾ ਸਿਆਲ ਨਿਕਲਿਆ। ਉਹ ਕਹਿੰਦਾ ਕਿੰਨੇ ਚਿਰ ਦਾ ਸੌਦਾ ਕਰਿਆ? ਕਹਿੰਦਾ ਸਾਲ ਭਰ ਲਈ ਨੌਕਰ ਲਾਇਆ ਤੁਹਾਨੂੰ ਮੇਰੇ ਨਾਲ, ਤੁਸੀਂ ਹਾਂ ਕਰੀਏ, ਜੇ ਨਹੀਂ ਕਿਹਾ ਤਾਂ ਕਹੋ। ਉਹ ਵੀ ਸੱਚੇ, ਉਹ ਕਹਿੰਦੇ ਵੀ ਹਾਂ ਤਾਂ ਕਰੀਏ ਅਸੀਂ, ਪਰ ਅਸੀਂ ਨੌਕਰ ਖਾਤਰ ਨਹੀਂ ਕਰੀ ਤਾਂ ਫਾਲੇ ਵੇਚਣ ਖਾਤਰ ਕਰੀ ਦੀ। ਉਹ ਕਹਿੰਦਾ ਵੀ ਠੀਕ ਹੈ। ਉਹ ਵੀ ਮੁੜਿਆ ਆ, ਉਹਦੀ ਮਾਂ ਲੜਨ ਲੱਗ ਗਈ, ਕਹਿੰਦੀ ਵੀ ਉਹ ਦੋ। ਕਹਿੰਦਾ ਮਾਂ ਜਿਹੜਾ ਮੇਰਾ ਕੰਮ ਤੀ ਮੈਂ ਕਰਿਆ ਆ, ਕੋਈ ਨਾ ਆ ਜਾਣਗੇ। ਚੱਲ ਭਾਈ ਮਾਂ ਨੂੰ ਡਰ ਹੋ ਗਿਆ ਵੀ ਕੀ ਪਤਾ ਕੀ ਕਰਕੇ ਇਹ। ਮਾਂ ਬੜਿਆ ਕੇ ਪੁੱਛਣ ਲੱਗ ਗਈ, ਕਹਿੰਦੀ ਪੁੱਤ ਮੈਨੂੰ ਐਂ ਦੱਸ ਵੀ ਕਰਕੇ ਕੀ ਆਇਆ? ਕਹਿੰਦਾ ਦੋ ਫਾਲੇ ਵੇਚਣ ਗਿਆ ਤੀ, ਕਹਿੰਦਾ ਉਹ ਵਾਲੇ ਸਿਹਾਰ ਜੇ ਕਹਾਉਂਦੇ ਤੀ। ਕਹਿੰਦਾ ਮੈਂ ਆਖਿਆ ਚੱਲ ਨੌਕਰੀ ਲਾ ਦਿੰਦੇ ਬਾਣੀਆਂ ਨਾਲ, ਬਾਣੀਆਂ ਨੂੰ ਬੰਦਿਆਂ ਦੀ ਲੋੜ ਤੀ, ਅਤੇ ਕਹਿੰਦਾ ਮੈਂ ਬਾਣੀਆਂ ਨਾਲ ਨੌਕਰ ਕਰਾ ਤੇ ਉਹ। ਕਹਿੰਦੀ ਪੁੱਤ ਉਹਨਾਂ ਨੂੰ ਪਤਾ ਨਹੀਂ ਲੱਗਿਆ, ਕਹਿੰਦਾ ਉਹਨਾਂ ਦੇ ਮੂੰਹੋਂ ਕਹਾ ਕਰ ਲਏ ਨੇ, ਉਹਨਾਂ ਨੇ ਕਿਹਾ ਵੀ ਹਾਂ ਰਖਾ ਦੇ। ਕਹਿੰਦਾ ਫਿਰ ਐਂ ਕੱਚਾ ਕੰਮ ਨਿਕਲਿਆ ਮੈਂ। ਚੱਲ ਭਾਈ ਸਾਲ ਲੰਘ ਗਿਆ, ਸਾਲ ਪਿੱਛੋਂ ਕਹਿੰਦੇ ਵੀ ਠੀਕ ਹੈ ਹੁਣ ਤਾਂ ਸਾਫ ਹੋ ਗਿਆ? ਕਹਿੰਦਾ ਹਾਂ ਹੋ ਗਿਆ, ਜਾਓ। ਅਤੇ ਉਹਨੂੰ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਸਾਲ ਹੋਣ ਵਾਲਾ, ਵੀ ਹੁਣ ਆਪਣੀ ਪੜਤਾਲ ਕਰਨਗੇ ਉਹ। ਹੌਲੀ ਹੌਲੀ ਭਾਈ ਆਉਣੀ ਤਾਂ ਉੱਥੇ ਜਿੱਥੋਂ ਗਏ ਤੀ, ਦੱਸ ਪੁੱਛ ਕਰੀ ਉਹ ਭਾਈ ਬੁੜੀ ਦੱਬ ਗਈ, ਬੰਦਾ ਤਾਂ ਮਹੀਨੇ 'ਚ ਕੁਝ ਕੁਛ ਹੋ ਜਾਂਦਾ। ਬੁੜੀ ਦੱਬ ਕੇ ਮੰਜੇ 'ਚ ਬੈਠਣ ਲੱਗ ਗਈ, ਮਾੜਾ ਮੋਟਾ ਕੰਮ ਧੰਦਾ ਕਰਿਆ ਕਰੇ, ਮੰਜੇ 'ਚ ਬੈਠੀ ਰਿਹਾ ਕਰੇ ਵਿਚਾਰੀ। ਉਹ ਵੀ ਭਾਈ ਬਾਹਰ ਅੰਦਰ ਫਿਰਿਆ ਕਰੇ, ਉਹ ਬੁੜੀ ਦੇ ਘਰ ਆ ਗਏ, ਕਹਿੰਦੇ ਮਾਤਾ ਮੁੰਡਾ। ਕਹਿੰਦੀ ਭਾਈ ਪਹਿਲਾਂ ਤੁਸੀਂ ਐਂ ਦੱਸੋ ਵੀ ਤੁਹਾਡੇ ਨਾਲ ਕੀ ਬੀਤੀ ਹੈ? ਕਹਿੰਦਾ ਮਾਤਾ ਤੇਰਾ ਕੋਈ ਕਸੂਰ ਨਹੀਂ, ਤੈਂ ਸਾਨੂੰ ਕਿਹਾ ਤੀ ਵੀ ਮੁੰਡਾ ਹੁਸ਼ਿਆਰ ਵਾਲਾ ਭਾਈ, ਤੁਹਾਡੇ ਨਾਲ ਕੋਈ ਨਹੀਂ ਨੇਕੀ ਗੱਲ ਕਰ ਜਾਓ, ਮੇਰੇ ਮੈਂ ਜ਼ਿੰਮੇਵਾਰ ਨਹੀਂ। ਕਹਿੰਦਾ ਅਸੀਂ ਉਹਨੂੰ ਕੁਛ ਨਹੀਂ ਕਹਿਣਾ, ਨਾ ਅਸੀਂ ਉਹਨੂੰ ਕਹਿਣਾ ਆ, ਅਸੀਂ ਤੈਨੂੰ ਮਿਲਣ ਆਏ ਹਾਂ। ਕਹਿੰਦੀ ਭਾਈ ਬਹਿ ਜਾਓ, ਲੱਕੜਾਂ ਲੈਣ ਗਿਆ ਬਾਰੇ ਆ ਜਾਂਦਾ। ਚਾਰੇ ਤਨੇ ਭਾਈ ਉਹ ਲੱਕੜਾਂ ਲੈ ਕੇ ਆਉਂਦਾ, ਸਮਝ ਲੈ ਉਸ ਅੰਦਰ ਬਹਾਤੇ ਬੁੜੀ ਨੇ। ਅਤੇ ਕਹਿੰਦਾ ਮਾਂ ਲੱਕੜਾਂ ਮੈਂ ਲਿਆ ਆ, ਅੱਗ ਮੈਂ ਮਚਾ ਤੀ, ਰੋਟੀ ਬਣਾ ਲੈ। ਹੁਣ ਉਹਨੂੰ ਕੀ ਪਤਾ, ਬੁੜੀ ਨੂੰ ਪਤਾ, ਬੁੜੀ ਨੇ ਚਾਰ ਬੰਦਿਆਂ ਦੀ ਰੋਟੀ ਆਟਾ ਗੁੰਨ ਲਿਆ। ਕਹਿੰਦਾ ਮਾਤਾ ਇੰਨਾ ਆਟਾ ਆਪਾਂ ਨੇ ਕੀ ਕਰਨਾ, ਪਤਾ ਜਾਣੇ ਤਾਂ ਦੋਵੇਂ। ਕਹਿੰਦੀ ਨਹੀਂ ਪੁੱਤ ਚਾਰ ਹੈ। ਕਹਿੰਦਾ ਮਾਤਾ ਜਾਣੇ ਦੋਵੇਂ। ਕਹਿੰਦੀ ਨਹੀਂ ਚਾਰ ਹੈ। ਕਹਿੰਦਾ ਦੋ ਹੋਰ ਕਿੱਥੇ ਨੇ? ਕਹਿੰਦੀ ਅੰਦਰ ਬੈਠੇ ਨੇ। ਜਦੋਂ ਨੇ ਮਾਰੀ ਝਾਤੀ ਉਹਨੇ ਆਖਿਆ ਵੀ ਤੂੰ ਹੀ ਨੇ। ਕਹਿੰਦਾ ਆ ਜਾ ਸਿਰਾ, ਅਸੀਂ ਤੈਨੂੰ ਕੁਛ ਕਹਿੰਦੇ ਨਹੀਂ, ਨਹੀਂ ਤਾਂ ਤੇਰਾ ਦਿਮਾਗ ਦੇਖਿਆ। ਕਹਿੰਦਾ ਇੱਦਾਂ ਤੈਨੂੰ ਐਂ ਭੋਗਦੇ ਹਾਂ ਵੀ ਐਡਾ ਦਿਮਾਗ ਤੇਰਾ ਉੜਿਆ ਕਿਵੇਂ ਤੈਨੂੰ? ਵਿੱਚ ਤਾਂ ਤੂੰ ਫਾਲੇ ਗਏ, ਐਡੇ ਵੱਡੇ ਹੁਸ਼ਿਆਰਾਂ ਨੂੰ, ਸਾਨੂੰ ਫਿਰਨ ਤੁਰਨ ਵਾਲੇ ਬੰਦਿਆਂ ਨੂੰ ਤੈਂ ਕਹਿੰਦਾ ਪਤੰਦਰਾ 5 ਮਿੰਟਾਂ 'ਚ ਨੌਕਰ ਲਾਤਾ, ਉਹ ਵੀ ਸਾਡੇ ਮੂੰਹੋਂ ਖਾ ਕੇ। ਉਹ ਕਹਿੰਦਾ ਗੱਲ ਹੁਣ ਮੇਰੀ, ਜਦੋਂ ਤੁਸੀਂ ਫਾਲੇ ਵੇਚਣ ਗਿਆ ਮੈਂ, ਜਦੋਂ ਤੁਸੀਂ ਐਡੇ ਵੱਡੇ ਦਿਮਾਗ ਕੀਤੇ, ਤੁਸੀਂ ਐਂ ਤਾਂ ਹਿਸਾਬ ਲਾਓ ਵੀ ਦੋ ਫਾਲੇ ਦੁਕਾਨ 'ਤੇ ਵੇਚ ਕੇ ਕਹੋ, ਕਬਾੜ 'ਚ ਵਿਕਦੇ ਹੁੰਦੇ ਨੇ ਫਾਲੇ ਤਾਂ, ਤੁਸੀਂ ਦਿਮਾਗ ਅੱਗਣਾ ਕੰਮ ਕਰਿਆ ਉਹਦਾ। ਕਹਿੰਦਾ ਭਾਈ ਮੈਨੂੰ ਉਦੋਂ ਮੌਕੇ 'ਤੇ ਪੈਸਿਆਂ ਦੀ ਲੋੜ 'ਤੇ 4 ਰੁਪਈਆਂ ਦੀ, ਕਹਿੰਦਾ ਮੈਂ ਆਪਦਾ ਤਾਂ ਖੇਡ ਗਿਆ।
ਅਤੇ ਹੁਣ ਤੁਸੀਂ ਦੱਸੋ ਕਿਵੇਂ ਕਰਨਾ। ਉਹ ਕਹਿੰਦਾ ਵੀ ਅਸੀਂ ਤਾਂ ਕੁਛ ਨਹੀਂ ਕਰਨਾ, ਤਾਂ ਐਂ ਕਹਿੰਦੇ ਵੀ ਸਾਨੂੰ ਨਾਰ ਲਾਓ ਵੀ ਜਿੱਥੇ ਕੰਮ ਧੰਦਾ ਹੁੰਦਾ ਸਾਡੇ ਨਾਲ ਚੱਲਿਆ ਕਰ, ਅਸੀਂ ਤੇਰੇ ਨਾਲ ਚੱਲਿਆ ਕਰਾਂਗੇ। ਕਹਿੰਦਾ ਵੀ ਸੱਤ ਬਚਨ ਬਖ ਚੱਲਿਆ ਕਰੋ। ਅਤੇ ਉਹ ਕਹਿੰਦਾ ਵੀ ਸ਼ਿਕਾਰ ਖੇਡਣ ਚੱਲਾਂਗੇ ਫਿਰ ਅੱਜ ਆਪਾਂ। ਉਹ ਕਹਿੰਦਾ ਵੀ ਇਹ ਕੰਮ ਤਾਂ ਅਸੀਂ ਕਰਦੇ ਨਹੀਂ। ਕਹਿੰਦਾ ਕਹਿੰਦਾ ਪਾਪ ਹੈ ਸ਼ਿਕਾਰ ਮਾਰਨਾ। ਕਹਿੰਦਾ ਮਾਰਨ ਵਾਲਾ ਤਾਂ ਮੈਂ ਵੀ ਨਹੀਂ ਖੇਡਦਾ, ਮੈਂ ਸ਼ਿਕਾਰ ਹੀ ਖੇਡਦਾ ਹੁੰਦਾ। ਜੇ ਕੋਈ ਤਕੜੇ ਨੂੰ ਮਾੜਾ ਤੰਗ ਕਰਦਾ ਹੋਵੇ ਉਹਨੂੰ ਹੁਸ਼ਿਆਰੀ ਨਾਲ ਛੜਾ ਦੇਣਾ। ਉਹ ਕਹਿੰਦੇ ਵੀ ਠੀਕ ਹੈ ਤਾਂ ਚੱਲਾਂਗੇ। ਬਾਗੇ ਭਾਈ ਥੋੜ੍ਹੀ ਜਿਹੀ ਦੂਰ ਤੁਰ ਗਏ, ਜਦੋਂ ਲੰਘੇ ਜਾਂਦੇ ਨੇ ਆਪ ਵੀ ਦੀ ਗਵਾਂਢੀ ਲੜੀ ਜਾਣ, ਦੂਸਰੇ ਪਿੰਡ ਦੇ ਗਵਾਂਢੀ ਲੜੀ ਜਾਣ। ਉਹ ਭਾਈ ਉਹਦੇ ਰੋੜੇ ਚਲਾਵੇ, ਕਹਿੰਦਾ ਉਹਦੇ ਉਹਦੇ ਚਲਾਵੇ, ਖੜ ਗਿਆ। ਉਸ ਕਹਿੰਦੇ ਮੱਥਾ ਪਾੜ ਦੂ ਕੋਈ ਮਾਰਕੀਟ, ਇੱਥੇ ਤੂੰ ਕੋ ਖੜਾ। ਕਹਿੰਦਾ ਮੇਰਾ ਸ਼ਿਕਾਰ ਹੀ ਇਹ ਹੈ, ਮੈਂ ਇਹਨਾਂ ਨੂੰ ਪੁੱਛ ਕੇ ਜਾਊਂ। ਉਹ ਕਹਿੰਦੇ ਵੀ ਸਿੜੂ ਸਿਆਪਾ, ਮੈਂ ਤਾਂ ਆਪਣੇ ਪਊ ਹੀ ਖੁਦਾਂ ਨਾਲ ਆਪ ਖਾਊ। ਕਹਿੰਦਾ ਵੀ ਤੁਸੀਂ ਉਰੇ ਖੜੇ ਰਹੋ, ਮੈਂ ਆਪੇ ਜਾਊਂ। ਜਦੋਂ ਭਾਈ ਰੋੜੋ ਰੋੜੀ ਹੋ ਕੇ ਜਮਾਂ ਐਨ ਪੋਲੇ ਹੋ ਕੇ ਖੜ ਗਏ। ਅਤੇ ਕਹਿੰਦਾ ਵੀ ਬਸ ਹੋ ਗਈ ਲੜਾਈ? ਕਹਿੰਦਾ ਹਾਂ। ਕਹਿੰਦਾ ਸੁਣ ਤਾਂ ਫਿਰ ਲੜਨਾ ਹੀ ਨਹੀਂ ਆਉਂਦਾ। ਕਹਿੰਦਾ ਕਹਿੰਦਾ ਹੁਣ ਅਸੀਂ ਲੜਕੇ ਦਿਖਾਉਣੇ ਤੁਹਾਨੂੰ। ਅਤੇ ਇੱਕ ਸਿੱਖ ਨੂੰ ਪਰਾਂ ਲੈ ਗਿਆ ਟਾਲ ਕੇ। ਕਹਿੰਦਾ ਬਾਬਾ ਤੈਨੂੰ ਮੈਂ ਗੱਲ ਦੱਸਦਾ, ਜਿਹੜਾ ਤੇਰੇ ਨਾਲ ਦਾ ਬੰਦਾ, ਅਤੇ ਕਹਿੰਦਾ ਤੇਰੀਆਂ ਕਰਦਾ ਤੀ ਮੇਰੇ ਕੋਲ ਚੁਗਲੀਆਂ ਨਿੰਦਿਆ, ਵੀ ਤਾਂ ਬੰਦਾ ਘਟੀਆ ਫਲਾਨਾ ਢਮਕਾ ਢਮਕਾ, ਉਹਨੂੰ ਭਾਈ ਪੜਤ ਪੜਾਤੀ। ਉੱਧਰੋਂ ਭਾਈ ਉਹਨੂੰ ਦੂਜੇ ਸਿੱਖ ਨੂੰ ਪਰਾਂ ਲੈ ਕੇ ਉਹਨੂੰ ਪੜਤ ਪੜਾਤੀ, ਦੋਨੇ ਲੜਾ ਤੇ ਆਵੇਦੀ ਉੱਤੇ। ਕਿਉਂਕਿ ਜਦੋਂ ਦੋਨੇ ਉਹ ਕਿਰਪਾਨੋ ਕਿਰਪਾਨੀ ਹੋ ਗਏ, ਉਹਨਾਂ ਨੂੰ ਕਹਿੰਦਾ ਕਿਉਂ ਆਹ ਲੜਾਈ ਹੁੰਦੀ ਹੈ, ਤੁਹਾਨੂੰ ਤਾਂ ਲੜਨੀ ਨਹੀਂ ਆਉਂਦਾ, ਕਹਿੰਦਾ ਆਹ ਲੜਾਈ ਹੈ। ਉਹ ਭਾਈ ਜਦੋਂ ਐਂ ਲੱਗਾ ਵੀ ਹੁਣ ਤੱਕ ਦੂਜੇ ਨੂੰ ਪੜ ਦੇਣਗੇ, ਕਹਿੰਦਾ ਵੀ ਰੁਕ ਜਾਓ। ਕਹਿੰਦਾ ਕਹਿੰਦਾ ਤੁਸੀਂ ਕੱਚੇ ਹੋ, ਪੱਕੇ ਨਹੀਂ ਹੈਗੇ। ਕਹਿੰਦਾ ਕਿਉਂ? ਕਹਿੰਦਾ ਤੁਸੀਂ ਤਾਂ ਫਿਰ ਮੇਰੇ ਵਾਂਗ ਲਾਈ ਲੱਗ ਹੋ ਗਏ, ਇੱਕ ਦੂਜੇ ਨੂੰ ਪੁੱਛਿਆ ਤਾਂ ਇਹ ਨਹੀਂ ਲੜਨ ਬਹਿ ਗਏ ਵੀ ਪਹਿਲਾਂ ਤੁਸੀਂ ਮੇਰਾ ਦਿਮਾਗ ਦੇਖਦੇ ਵੀ ਇਹ ਕਿਉਂ ਲੜਾਉਂਦਾ ਸਾਨੂੰ। ਕਹਿੰਦਾ ਵੀ ਮੈਂ ਨਹੀਂ ਜਾਂਦਾ ਖਾਂ ਉਡਣਾ। ਕਹਿੰਦਾ ਕਿਉਂ? ਕਹਿੰਦਾ ਨਾ। ਕਹਿੰਦਾ ਗੱਲ ਦੱਸ, ਕਹਿੰਦਾ ਤੁਸੀਂ ਮੈਂ ਜਾਂਦੇ ਨਹੀਂ। ਕਹਿੰਦਾ ਤੂੰ ਕੱਚੇ ਹੋ, ਜੇ ਤੁਸੀਂ ਸਿੱਖ ਪੱਕੇ ਹੁੰਦੇ ਨਾ ਤੁਸੀਂ ਪਹਿਲਾਂ ਆਪਦੀ ਪੁੱਛਦੇ ਵੀ ਅਤੇ ਆਹ ਗੱਲ ਮੈਨੂੰ ਕਹੀ ਹੈ। ਕਹਿੰਦਾ ਫਿਰ ਤੁਸੀਂ ਲੜਦੇ ਤੂੰ। ਕਹਿੰਦਾ ਮੈਂ ਤੇਰੇ ਕੰਨ ਭਰਤੇ ਤੈਂ ਕਿਰਪਾਨ ਲੰਘੀ ਕੱਢ ਲਈ, ਉਹਦੇ ਕੰਨ ਭਰਤੇ ਉਹਨੇ ਕੱਢ ਲਈ। ਇਹ ਤਾਂ ਕਹਿੰਦਾ ਮੈਂ ਇਹਨੂੰ ਲੜਾਈ ਦਿਖਾਉਂਦਾ ਤੀ ਵੀ ਲੜਾਈ ਤਾਂ ਇਹਨੂੰ ਕਹਿੰਦੇ ਹੁੰਦੇ ਨੇ, ਤੁਹਾਨੂੰ ਲੜਨ ਦੀ ਕੀ ਲੋੜ ਤੀ। ਚੱਲ ਪਈ ਉੱਥੇ ਮਿੰਨਤਾਂ ਮੁੰਨਤਾਂ ਕਰਕੇ ਉਹ ਕਹਿੰਦੇ ਵੀ ਚੰਗਾ ਸੀ ਤੇਰੇ, ਇਹ ਤੋਂ ਬਾਅਦ ਤੇਰੀ ਨਹੀਂ ਮੰਨਦੇ। ਕਹਿੰਦਾ ਵੀ ਠੀਕ ਹੈ, ਆ ਗਿਆ ਘਰ ਆ ਕੇ ਮੁੜ ਕੇ ਹੱਥ ਨੇ। ਉਹਦੀ ਮਾਂ ਕਹਿੰਦੀ ਭਾਈ ਤੁਸੀਂ ਇਹਦਾ ਖੜਾ ਛੱਡ ਦਿਓ, ਵੀ ਇਹ ਬਾਹਲਾ ਹੁਸ਼ਿਆਰ ਹੈ ਮੁੰਡਾ, ਵੀ ਤੁਹਾਨੂੰ ਕੋਈ ਠੱਗੀ ਢੁੱਖਾ ਨਾ ਕਰਜੇ ਇਹਦੇ ਬਾਰੇ। ਕਹਿੰਦਾ ਵੀ ਨਹੀਂ ਮਾਤਾ, ਅਸੀਂ ਇਹਦੇ ਨਾਲ ਹੀ ਰਹਾਂਗੇ। ਹੌਲੀ ਹੌਲੀ ਭਾਈ ਉਹਨੇ ਕਿਹਾ ਤੀ ਵੀ ਤੁਸੀਂ ਕੱਚੇ ਹੋ। ਉਹ ਭਾਈ ਕਹਿੰਦਾ ਵੀ ਐਂ ਕਰੋ ਅੱਜ ਲੱਕੜਾਂ ਲੈਣ ਚੱਲੋਗੇ ਮੇਰੇ ਨਾਲ? ਕਹਿੰਦਾ ਵੀ ਚੱਲਾਂਗੇ ਲੱਕੜਾਂ ਲੈਣ ਬਾਗੇ ਜੰਗਲ 'ਚ। ਕਹਿੰਦਾ ਵੀ ਮਾਂ ਕਹਿੰਦਾ ਵੀ ਲੈ ਵੱਡੂ ਕਿਹੜਾ ਤੁਹਾਡੇ 'ਚੋਂ? ਉਹਨੇ ਕਿਹਾ ਦੇਣਾ ਪਹਿਲਾਂ ਵੀ ਮੇਰੇ ਅੱਖੇ ਨਾਲ ਲੱਗੋ। ਉਹ ਕਹਿੰਦਾ ਵੀ ਤਾਂ ਪੜਦੇ ਨਹੀਂ, ਉਹਨੂੰ ਬਸ ਹਿਸਾਬ ਲਾ ਗਿਆ ਉਹ। ਕਹਿੰਦਾ ਵੀ ਫਿਰ ਇਕੱਠੀਆਂ ਕੌਣ ਕਰੂ? ਕਹਿੰਦੇ ਵੀ ਤਾਂ ਕਰਦੇ ਨਹੀਂ। ਕਹਿੰਦਾ ਬਸ ਫਿਰ ਮੈਂ ਆਪ ਹੀ ਇਕੱਠੀਆਂ ਕਰੂੰ, ਆਪ ਹੀ ਵੱਢੂੰ, ਆਪ ਹੀ ਚੱਕੂੰ। ਉਹਨਾਂ ਨੇ ਆਖਿਆ ਵੀ ਚੱਕਣ ਨੂੰ ਤਾਂ ਆਪਾਂ ਨੂੰ ਕਿਹਾ ਨਹੀਂ ਉਹਨੇ, ਕਿਉਂਕਿ ਭਾਈ ਉਹ ਵੱਢ ਕੇ ਭਰੀ ਪਾ ਲਿਆ ਕਰੇ, ਇੱਕ ਦੂਜੇ ਦੇ ਸਿਰ 'ਤੇ ਧਰਦਿਆ ਕਰੇ। ਅਤੇ ਉਹਨੇ ਤਾਂ ਸਾਰਾ ਦਿਨ ਬਾਲਣ ਢਵਾਈ ਗਿਆ, ਜਦੋਂ ਹੱਥ ਨੂੰ ਹੋ ਗਿਆ ਕਹਿੰਦਾ ਵੀ ਚੱਲੀਏ? ਉਹ ਬੋਲੇ ਨਾ, ਕਿਉਂ? ਉਹਨੇ ਕਿਹਾ ਤੇ ਨਾ ਵੀ ਰਾਖੀ ਨਾ ਲੱਗੋ। ਜਦੋਂ ਤੁਰ ਪਿਆ ਉਹਦੇ ਮਗਰ ਤੁਰੇ, ਘਰ ਆ ਗਏ। ਕਹਿੰਦਾ ਕਿਉਂ ਜੈਸੇ ਤਾਰੋ?
ਕਹਿੰਦਾ ਕਿਉਂ? ਕਹਿੰਦਾ ਮੈਂ ਤੁਹਾਨੂੰ ਆਖਿਆ ਸੀ ਮੇਰੇ ਆਖੇ ਨਹੀਂ ਲੱਗਣਾ, ਤੁਸੀਂ ਮੇਰੇ ਆਖੇ ਕੋਲ ਲੱਗੇ। ਕਹਿੰਦਾ ਇਹ ਤਾਂ ਲੱਗੀ ਨਹੀਂ। ਕਹਿੰਦਾ ਲੱਗੇ ਕਿਉਂ ਨਹੀਂ? ਬਾਲਣ ਦਾ ਸਾਰਾ ਸੰਟੂ ਕਿਉਂ? ਅੱਖੀ ਲੱਗੋ ਮੇਰੇ ਕੋਲ ਕਰਿਆ, ਤੁਸੀਂ ਮੇਰੇ ਆਖੇ ਨਹੀਂ ਲੱਗਣਾ, ਜੇ ਮੇਰੇ ਕੋਲ ਰਹਿਣਾ ਨਹੀਂ ਆਉਂਦਾ ਜਾਓ। ਅਤੇ ਇਤਨੇ ਭਾਈ ਲਵੇ ਤੀ ਮਰਾਸੀਆਂ ਦੇ ਘਰ, ਜਿਹੜਾ ਮਰਾਸੀਆਂ ਦਾ ਘਰ ਤੀ ਉਹਨਾਂ ਦਾ ਤਿਉਹਾਰ ਬਜ਼ੁਰਗ ਕੋਈ ਪਹਿਲਾਂ ਤੋਂ ਉਸ ਉਹਦੇ ਕੋਲ ਵੱਗ ਗਏ। ਕਹਿੰਦੇ ਬਾਬਾ ਐਂ ਕਰਕੇ ਅਸੀਂ ਤਾਂ ਸੁੱਕੇ ਪਿੰਜ ਵਿੱਚ ਫਸ ਗਏ ਇਹਦੇ ਨਾਲ, ਵੀ ਹਰੇਕ ਗੱਲ 'ਚ ਸਾਨੂੰ ਇਹ ਪਿੱਛੇ ਲਾ ਦਿੰਦਾ, ਵੀ ਸਾਨੂੰ ਇਹਦਾ ਤਰੀਕਾ ਦੱਸ। ਕਹਿੰਦਾ ਤੁਸੀਂ ਐਂ ਕਰੋ, ਜਦੋਂ ਤੁਰਦੇ ਹੁੰਦੇ ਤਾਂ ਦੋ ਹੱਥ ਮੂਹਰੇ ਤੁਰਿਆ ਕਰੋ। ਕਹਿੰਦਾ ਕਿਉਂ? ਕਹਿੰਦਾ ਹਾਂ, ਜਦੋਂ ਵੀ ਉਹ ਤੁਰੇ ਉਹ ਦੋ ਹੱਥ ਮੂਹਰੇ ਰਿਹਾ ਕਰਨ, ਉਹ ਬਥੇਰਾ ਪਰਾਲੇ ਨਾਲ ਤੁਰਿਆ ਕਰੋ, ਹੋਰ ਪਰਾਲੇ ਨਾਲ ਤੁਰ ਪਿਆ ਕਰਨ। ਉਹ ਕਹਿੰਦਾ ਵੀ ਖੜ ਜਾਓ ਰੇ। ਕਹਿੰਦਾ ਹਾਂ। ਕਹਿੰਦਾ ਮੈਨੂੰ ਐਂ ਦੱਸੋ ਵੀ ਮੈਥੋਂ ਹੁਸ਼ਿਆਰ ਕਿਹੜਾ ਹੋ ਗਿਆ ਦੁਨੀਆਂ 'ਤੇ? ਕਹਿੰਦਾ ਕਿਉਂ? ਕਹਿੰਦਾ ਜੇ ਤੁਸੀਂ ਪਿੱਛੇ ਰਹਿੰਦੇ ਤੀ ਤਾਂ ਮੇਰਾ ਦਿਮਾਗ ਕੰਮ ਕਰਦਾ ਤੀ, ਹੁਣ ਕਹਿੰਦਾ ਦਿਮਾਗ ਤੁਹਾਡਾ ਕੰਮ ਕਰੂ, ਕਹਿੰਦਾ ਮੂਹਰੇ ਚੱਲ ਦਿਓ ਤੁਸੀਂ। ਉਹ ਕਹਿੰਦਾ ਵੀ ਆ ਜਾਓ ਮੁੜਿਓ, ਬਸ ਤੁਹਾਨੂੰ ਮੇਰਾ ਦਾਦ ਪਤਾ ਲੱਗ ਗਿਆ, ਆ ਜਾਓ ਮੁੜਿਓ। ਮੁੜੇ ਭਾਈ ਆ ਕੇ ਬੁੜੀ ਨੂੰ ਕਹਿੰਦਾ ਵੀ ਐਂ ਕਰਮਾ। ਕਹਿੰਦੇ ਹਾਂ। ਕਹਿੰਦਾ ਪ੍ਰਸਾਦੇ ਲਾਹ ਦੇ ਚਾਰ, ਸਮਝ ਲੈ, ਇੱਕ ਆਪਦਾ ਇੱਕ ਇੱਕ ਸਾਡਾ। ਭਾਈ ਲਾਹ 'ਤੇ ਬੁੜੀ ਨੇ, ਕਹਿੰਦਾ ਲੈ ਵੀ ਆਹ ਮਾਤਾ ਤੂੰ ਖਾ ਲਈ, ਸਾਡੇ ਤਿੰਨ ਪ੍ਰਸਾਦੇ ਬੰਨ ਦੇ। ਤਿੰਨ ਪ੍ਰਸਾਦੇ ਬਣਾ ਕੇ ਵੀ ਤੁਰ ਪਿਆ। ਅਤੇ ਉਹਨਾਂ ਨੂੰ ਸਮਝ ਲੈ ਜਦੋਂ ਦੱਸਿਆ ਤੀ, ਉਹ ਮੂਹਰੇ ਮੂਹਰੇ ਤੁਰਿਆ ਗਿਆ, ਮਗਰ ਤੁਰਿਆ ਗਿਆ। ਕਿ ਗਾਹਾਂ ਜਾ ਕੇ ਦੋ ਰਾਹ ਬਣ ਗਏ, ਇੱਕ ਰਾਹ ਦੇ ਦੋ ਰਾਹ ਬਣ ਗਏ। ਉਹਨੇ ਆਖਿਆ ਵੀ ਇੱਥੇ ਲੋਟੋ ਕੰਮ। ਅਤੇ ਉਹ ਮੂਹਰੇ ਤੁਰੇ ਗਿਆ, ਜਦੋਂ ਉਹ ਰਾਹ ਅੱਗੇ ਹੋਇਆ ਪੈ ਗਿਆ। ਕਹਿੰਦਾ ਵੀ ਯਾਰ ਉਹ ਮਗਰ ਮੁੜ ਕੇ ਝਾਕੇ, ਜਦੋਂ ਵੀ ਉਹ ਤਾਂ ਦੂਜੇ ਰਾਹ ਮੁੜ ਗਿਆ, ਸਮਝ ਲਿਆ ਉੱਥੋਂ ਮੁੜ ਪਏ ਭਾਈ ਉਹ ਮਗਰ ਲੱਗ ਗਏ। ਤੁਰੇ ਗਏ ਥੋੜ੍ਹੀ ਜਿਹੀ ਦੂਰ ਗਏ, ਹਾਂ ਮੂਹਰੇ ਕੋਈ ਸਾਧੂ ਸੰਤ ਬੈਠਾ, ਜਾ ਕੇ ਉਹਨੇ ਤਿੰਨੇ ਪ੍ਰਸਾਦੇ, ਸਮਝ ਲੈ ਉਹ ਐਂ ਬੈਠਾ ਪਾਂਥੀ ਮਾਰੀ ਉਹਦੀ ਝੂਲੀ 'ਤੇ ਰੱਖਤੇ। ਅਤੇ ਸਾਧੂ ਬਸੰਤ ਜਦੋਂ ਅੱਖਾਂ ਖੋਲੀਆਂ, ਕਹਿੰਦਾ ਬਹਿ ਜਾਓ ਭਗਤੋ, ਬਹਿ ਗਏ। ਕਹਿੰਦਾ ਵੀ ਕਿਵੇਂ ਭਗਤਾ ਤੂੰ, ਇਹਨਾਂ ਨੂੰ ਸਾਨੂੰ ਮਗਰ ਲਈ ਫਿਰਦਾ, ਕਿੱਥੋਂ ਆਇਆ ਅਤੇ ਕਿੱਧਰ ਨੂੰ ਚੱਲਿਆ? ਕਹਿੰਦਾ ਬਾਬਾ ਮੈਂ ਤਾਂ ਆਪਦੇ ਜਾਮੇ ਦਾ ਪਤਾ ਕਰਨਾ ਆ, ਵੀ ਮੈਂ ਪਿਛਲੇ ਕੀ ਜਾਮੇ 'ਚ ਤੀ। ਉਹ ਕਹਿੰਦਾ ਭਾਈ ਤੁਸੀਂ, ਕਹਿੰਦਾ ਬਾਬਾ ਜੀ ਤਾਂ ਇਹਦੇ ਮੰਗ ਰਹੇ ਹੋ, ਜਾਂਦੇ ਤਾਂ ਅਸੀਂ ਮੂਹਰੇ ਦੀ ਦੂਜੇ ਰਾਹ ਮੁੜ ਗਏ ਸੀ, ਅਤੇ ਮੰਗ ਲੱਗਣਾ ਪੈ ਗਿਆ ਸਾਨੂੰ। ਉਹ ਭਾਈ ਉਹ ਕਹਿੰਦਾ ਭਾਈ ਮੈਂ ਤੈਨੂੰ ਅੱਖੀਂ ਦਿਖਾਵਾਂ ਕਾ ਕੰਨੀ ਦੱਸਾਂ? ਉਹ ਕਹਿੰਦਾ ਮੈਨੂੰ ਤਾਂ ਅੱਖੀਂ ਦਿਖਾ। ਉਹ ਕਹਿੰਦਾ ਲੈ ਫਿਰ ਅੱਖਾਂ ਵਿੱਚੋ ਤੁਸੀਂ ਤਿੰਨੇ ਜਣੇ। ਜਦੋਂ ਅੱਖਾਂ ਵਿੱਚੀਆਂ, ਉਹ ਜਿਹੜੇ ਦੋਸਤ ਸੀਗੇ ਉਹਦੇ ਨਾਲ, ਉਹ ਪਿਛਲੇ ਜਾਮੇ ਦੇ ਘੋੜੇ ਸੀਗੇ, ਜਿਹੜਾ ਉਹ ਧੀਗਾ ਮੰਨ ਕੇ ਚੱਲ ਮੁੰਡਾ, ਉਹ ਪਿਛਲੇ ਜਾਮੇ ਦਾ ਗੁਲਾਮ ਤੀ ਉਹਨਾਂ ਦਾ, ਜਿਹੜਾ ਘੋੜੇ ਦੇ ਪਾਉਣੇ ਹੁੰਦੇ ਆਪਾਂ। ਉਹਨੇ ਕਹਿੰਦਾ ਕਿ ਵੀ ਕਹਿੰਦਾ ਭਾਈ ਤੂੰ ਤੁਹਾਡਾ ਕਸੂਰ ਨਹੀਂ, ਨਾ ਇਹਦਾ ਕਸੂਰ ਹੈ, ਤੁਸੀਂ ਪਿਛਲੇ ਜਾਮੇ 'ਚ ਵੀ ਇਹਦੇ ਕਾਬੂ ਤੀ, ਅੱਜ ਵੀ ਇਹਦੇ ਕਾਬੂ। ਕਹਿੰਦਾ ਕਿਉਂ? ਕਹਿੰਦਾ ਪਿੱਛੇ ਤੁਹਾਨੂੰ ਗੁਲਾਮ ਪਾ ਕੇ ਕਾਬੂ ਕਰ ਲੈਂਦਾ ਹੋਊਗਾ ਤੀ, ਹੁਣ ਕਹਿੰਦਾ ਤੁਹਾਨੂੰ ਜਾਮੇ ਚੱਕ ਕਰ ਕਾਬੂ ਕਰ ਲੈਣੇ, ਇਹ ਪਿਛਲਾ ਲਿਖਾ ਚੁੱਕਾ ਤੁਹਾਡਾ ਬਈ, ਇਹ ਡਿੱਗਿਆ ਬਸ।